ਵੀਡੀਓ ਦੇਖਣ ਵਾਲੇ ਸਮੂੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦਾ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿੱਘਾ ਸਵਾਗਤ ਆਓ ਦੋਸਤੋ ਕੁਝ ਅਹਿਮ ਖਬਰਾਂ ਕੁਝ ਅਹਿਮ ਕਟਾਵਾਂ ਤੇ ਰਲ ਮਿਲ ਕੇ ਵਿਚਾਰ ਚਰਚਾ ਕਰੀਏ ਲਖੀਮਪੁਰ ਖੀਰੀ ਦੀ ਹਿੰਸਕ ਘਟਨਾ ਦਾ ਅਸਲ ਕਿਉਂ ਵਾਪਰੀ ਕੁਝ ਤੱਥ ਕਰਾਂਗੇ ਪੇਸ਼ ਲਖੀਮਪੁਰ ਖੀਰੀ ਵਿੱਚ ਹੋਈਆਂ ਕਿਸਾਨਾਂ ਦੀਆਂ ਮੌਤਾਂ ਲਈ ਮੋਦੀ ਜ਼ਿੰਮੇਵਾਰ ਸੁਖਬੀਰ ਬਾਦਲ ਦਾ ਕਹਿਣਾ ਯੋਜਨਾ ਬਣਾ ਕੇ ਲਖੀਮਪੁਰ ਵਿੱਚ ਹੋਈਆਂ ਕਿਸਾਨਾਂ ਦੀ ਹਤਿਆ ਸਤਾਨਕ ਲੋਕਾਂ ਦਾ ਦੱਸਣਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ 15 ਵਰਿਆਂ ਤੋਂ ਪੁਰਾਣੀਆਂ ਗੱਡੀਆਂ ਦੀ ਰਜਿਸਟ੍ਰੇਸ਼ਨ ਫੀਸ ਵਿੱਚ ਝੋਖਾ ਵਾਦਾ ਅਤੇ ਇਲਾਹਾਬਾਦ ਹਾਈ ਕੋਰਟ ਨੇ ਇੱਕ ਸਿੱਖ ਪਰਿਵਾਰ ਦੇ ਖਿਲਾਫ ਕੀਤੀ ਕਾਰਵਾਈ ਸੰਬੰਧੀ ਪੁਲਿਸ ਖਿਲਾਫ ਠੋਸ ਕਾਰਵਾਈ ਕਰਨ ਦੇ ਦਿੱਤੇ ਨਿਰਦੇਸ਼ ਦੋਸਤੋ ਇਹਨਾਂ ਕੁਝ ਖਬਰਾਂ ਇਹਨਾਂ ਕੁਝ ਘਟਨਾਵਾਂ ਨੂੰ ਆਧਾਰ ਬਣਾਵਾਂਗਾ ਇਹਦੇ ਤੋਂ ਪਹਿਲਾਂ ਕਿ ਇਹਦੇ ਉੱਤੇ ਜਾਂ ਇਹਨਾਂ ਦੇ ਉੱਤੇ ਵਿਸਥਾਰ ਦੇ ਨਾਲ ਗੱਲਬਾਤ ਕਰਾਂ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਤੇ ਆਓ ਹੁਣ ਇਕੱਲੀ ਇਕੱਲੀ ਖਬਰ ਇਕੱਲੀ ਇਕੱਲੀ ਘਟਨਾ ਦੇ ਉੱਤੇ ਵਿਸਥਾਰ ਨਾਲ ਗੱਲਬਾਤ ਕਰੀਏ ਯੂਪੀ ਦੀ ਲਖੀਮਪੁਰ ਖੀਰੀ ਅੱਜ ਕੱਲ ਹਰ ਇੱਕ ਦੀ ਜ਼ੁਬਾਨ ਤੇ ਇਹ ਘਟਨਾ ਹੈ ਲਖੀਮਪੁਰ ਖੀਰੀ ਦੀ ਨਗਾਸਨ ਤਹਿਸੀਲ ਦੇ ਤਕੁੰਨਿਆ ਕਸਬੇ ਦੇ ਵਿੱਚ ਬੀਤੇ ਐਤਵਾਰ ਨੂੰ ਕੁਝ ਕਿਸਾਨ ਮਜ਼ਹਾਰਾ ਕਰ ਰਹੇ ਸੀ ਰੋਸ ਪ੍ਰਦਰਸ਼ਨ ਕਰ ਰਹੇ ਸੀ ਮੁਜ਼ਾਰਾ ਕਰ ਰਹੇ ਕਿਸਾਨਾਂ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ بیٹے ਦੇ ਵੱਲੋਂ ਕਥਿਤ ਤੌਰ ਤੇ ਗੱਡੀ ਝਟਾਉਣ ਦੇ ਕਾਰਨ ਪੂਰੇ ਮੁਲਕ ਵਿੱਚ ਸਿਆਸੀ ਉਬਾਲਾ ਤੇ ਪੂਰੀ ਦੁਨੀਆ ਦੇ ਵਿੱਚ ਇਸ ਘਟਨਾ ਦੀ ਨਿੰਦਿਆ ਹੋ ਰਹੀ ਹੈ। ਇਸ ਘਟਨਾ ਤੋਂ ਬਾਅਦ ਹਿੰਸਾ ਕਾਰਨ ਇੱਕ ਪੱਤਰਕਾਰ ਸਮੇਤ 9 ਲੋਕਾਂ ਦੀ ਮੌਤ ਹੋਈ ਹੈ। ਜਿਸ ਕਾਰਨ ਯੂਪੀ ਪੁਲਿਸ ਨੂੰ ਹਾਲਾਤ ਕਾਬੂ ਹੇਠ ਲਿਆਉਣ ਲਈ ਕਾਫੀ ਮੁਸ਼ਕਲਤ ਕਰਨੀ ਪੈ ਰਹੀ ਹੈ। ਪਹਿਲਾਂ ਕਿਸਾਨ ਨੇ ਮੁਲਕ ਨੂੰ ਅੰਨ ਦਿੱਤਾ ਤੇ ਹੁਣ ਹੁਣ ਆਪਣੇ ਪੁੱਤ ਲੇਖੇ ਲਾ ਦਿੱਤੇ ਨੇ ਖੇਤ ਵਜਾਉਣ ਲਈ ਜ਼ਮੀਨਾਂ ਦੀ ਪੱਤ ਬਚਾਉਣ ਲਈ ਘਰੋਂ ਤੋਰੇ ਪੁੱਤ ਸਦਾ ਵਾਸਤੇ ਗੋਆਲੇ ਨੇ ਮਾਪਿਆਂ ਨੇ ਸ਼ਾਇਦ ਮਾਪਿਆਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਜਦੋਂ ਉਹਨਾਂ ਦੇ ਪੁੱਤਰ ਘਰੋਂ ਤੋਰੇ ਹੋਣਗੇ ਜੇ ਆਪਾਂ ਤਰਾਈ ਦੀ ਗੱਲ ਕਰੀਏ ਤਰਾਈ ਇਲਾਕੇ ਦੀ ਗੱਲ ਕਰੀਏ ਬੰਜਰ ਜ਼ਮੀਨ ਸੀ ਉਹ ਜਿੱਥੇ ਜਾ ਕੇ ਕਿਸਾਨਾਂ ਨੇ ਫਸਲਾਂ ਲਹਿਰਾਉਣ ਲਾ ਦਿੱਤੀਆਂ ਤੇ ਤੁਸੀਂ ਦੇਖੋ ਕਿ ਉਹਨਾਂ ਨੇ ਬੰਜਰ ਦੀ ਅੜਤਾ ਭੰਨ ਦਿੱਤੀ ਤਰਾਈ ਦੇ ਵਿੱਚ ਜ਼ਮੀਨ ਦੇ ਉੱਤੇ ਖੇਤੀ ਤਾਂ ਹੋਣ ਲਾ ਦਿੱਤੀ ਪਰ ਹਕੂਮਤੀ ਅੜ ਭੰਨਣ ਲਈ ਤੁਰੇ ਸੀ ਪਹਿਲਾਂ ਜਿਹੜੀ ਉਹਨਾਂ ਨੇ ਤਰਾਈ ਦੀ ਅੜ ਭੰਨੀ ਸੀ ਪਰ ਦਿੱਲੀ ਦਾ غرੂਰ ਤੇ ਕਰੂਰ ਇੰਨਾ ਹੋ ਗਿਆ ਕਿ ਦੀਵਾਲੀ ਤੋਂ ਪਹਿਲਾਂ ਕਿੰਨੇ ਹੀ ਘਰਾਂ ਦੇ ਚਿਰਾਗ ਬੁਝਾ ਕੇ ਰੱਖ ਦਿੱਤੇ ਲਖੀਂਪੁਰ ਖੀਰੀ ਦੇ ਪਿੰਡ ਨਾਨਪਾਰਾ 'ਚ ਦੋ ਤਿੰਨ ਦਿਨ ਹੋ ਗਏ ਕਿਸੇ ਘਰ ਦੇ ਵਿੱਚ ਚੁੱਲਾ ਨਹੀਂ ਬਲਿਆ 35 ਵਰਿਆਂ ਦੇ ਕਿਸਾਨ ਦਲਜੀਤ ਸਿੰਘ ਇਸ ਕਾਂਡ ਵਿੱਚ ਸ਼ਹੀਦ ਹੋਏ ਨੇ। ਉਹਨਾਂ ਦੀ ਪਤਨੀ ਪਰਮਜੀਤ ਕੌਰ ਦਾ ਵਰਲਾਪ ਚੱਲਿਆ ਨਹੀਂ ਸੀ ਜਾ ਰਿਹਾ। ਦਲਜੀਤ ਸਿੰਘ ਘਰੋਂ ਚਾਨਣ ਦੀ ਭਾਲ ਵਿੱਚ ਤੁਰਿਆ ਪਰ ਹਕੂਮਤ ਨੇ Laash ਬਣਾ ਕੇ ਰੱਖ ਦਿੱਤਾ। ਜਾਣਕਾਰੀ ਮਿਲੀ ਹੈ ਕਿ ਤਿੰਨ ਵਰਿਆਂ ਤੋਂ ਹੋਣੀ ਇਸ ਪਰਿਵਾਰ ਨੂੰ ਸਾਹ ਲੈਣ ਵੀ ਨਹੀਂ ਦੇ ਰਹੀ। ਦੋ ਵਰੇ ਪਹਿਲਾਂ ਦਲਜੀਤ ਦੀ ਮਾਂ ਤੁਰ ਗਈ। ਪਿਛਲੇ ਵਰੇ ਉਹਨਾਂ ਦਾ ਬਾਪ ਉਸੇ ਰਾਹ ਤੁਰ ਗਿਆ ਤੇ ਹੁਣ ਦਲਜੀਤ ਵੀ ਵਕਤ ਤੋਂ ਪਹਿਲਾਂ ਮਾਪਿਆਂ ਦੇ ਕੋਲ ਚਲਾ ਗਿਆ ਪਤਨੀ ਦੇ ਬੱਚੇ ਰਾਹ ਤੱਕ ਰਹੇ ਨੇ ਉਹਨਾਂ ਦੀ ਬੇਟੀ ਪ੍ਰਨੀਤ कौर ਕਹਿੰਦੀ ਸੀ ਕਿ ਬਾਪ ਦੀ ਸ਼ਹੀਦੀ ਅਜਾਈ ਨਹੀਂ ਜਾਏਗੀ 9ਵੀਂ ਜਮਾਤ ਵਿੱਚ ਇਹਨਾਂ ਦਾ ਬੇਟਾ ਪੜਦਾ ਹੈ ਬੇਟੇ ਦਾ ਨਾਮ ਹੈ ਰਾਜਦੀਪ ਰਾਜਦੀਪ ਦਾ ਆਖੜਾ ਸੀ ਗੱਚ ਪੜਦਾ ਜਦੋਂ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਦਾ ਕਿ ਹੁਣ ਕੌਣ ਆਖੂ ਜਾ ਪੁੱਤ ਖੇਤ ਗੀੜਾ ਮਾਰਿਆ ਇਸੇ ਤਰ੍ਹਾਂ ਉੱਥੇ ਪੈਂਦਾ ਪਿੰਡ ਮਕਰੋਨੀ ਉੱਥੋਂ ਦੇ ਕਿਸਾਨ ਪੁੱਤ ਗੁਰਵਿੰਦਰ ਸਿੰਘ ਦੀ ਸਿਰਫ 19 ਵਰਿਆਂ ਦੀ ਉਮਰ ਸੀ। ਤਾਬੂਤ ਵਿੱਚ ਲਿਪਟੇ ਬੱਚੇ ਨੂੰ ਦੇਖ ਮਾਪੇ ਦੋ ਹੱਥੜਾ ਮਾਰ ਰਹੇ ਸੀ। ਤੇ ਉਹਦਾ ਚਾਚਾ ਮਸਕੀਨ ਸਿੰਘ ਆਖਦਾ ਹੈ ਕਿ ਪੂਰੇ ਪਰਿਵਾਰ ਚੋਂ ਇਕੱਲਾ ਗੁਰਵਿੰਦਰ ਸਿੰਘ ਸੀ। ਜੋ ਇਸ ਮੋਰਚੇ ਦੇ ਵਿੱਚ ਜਾਂਦਾ ਰਿਹਾ ਤੇ ਕਿਸੇ ਇੱਕ ਦਿਨ ਵੀ ਉਹ ਖੁੰਝਿਆ ਨਹੀਂ। ਉਹ ਇਹ ਵੀ ਦੱਸਦੀ ਹੈ ਕਿ ਜਦੋਂ ਉਸ ਨੂੰ ਛੇੜਨਾ ਤਾਂ ਅੱਗੇ ਉਹ ਗੁਰਵਿੰਦਰ ਸਿੰਘ ਕਹਿੰਦਾ ਹੁੰਦਾ ਸੀ ਚਾਚਾ ਦੇਖਿਓ। ਜੰਗ ਜਿੱਤ ਕੇ ਮੁੜਾਂਗੇ ਯੂਪੀ ਦਾ ਤਰਾਈ ਖਿੱਤਾ ਉਹ ਖਿੱਤਾ ਜਿੱਥੇ ਕਿਸਾਨਾਂ ਨੇ ਹਮੇਸ਼ਾ ਗੰਨੇ ਬੀਜੇ ਹੁਣ ਕਿਸਾਨੀ ਸੰਘਰਸ਼ ਨਵੇਂ ਸੁਪਨੇ ਬੀਜ ਰਿਹਾ ਸੀ ਤਰਾਈ ਦੀ ਮਿੱਟੀ ਨੂੰ ਕਿਸਾਨਾਂ ਨੇ ਪਸੀਨਾ ਵਹਾ ਕੇ ਸੋਨਾ ਬਣਾਇਆ ਹੈ ਸੋਨੇ ਵਰਗੀ ਮਿੱਟੀ ਬਣਾ ਦਿੱਤੀ ਹੈ ਪਰ ਉਸ ਸੋਨੇ ਵਰਗੀ ਮਿੱਟੀ ਤੇ ਹੁਣ ਅੱਖ ਕਾਰਪੋਰੇਟਾਂ ਦੀ ਹੈ ਤੇ ਕਿਸਾਨੀ ਸੰਘਰਸ਼ ਉਹਨਾਂ ਅੱਖਾਂ ਵਿੱਚ ਰੜਕਦਾ ਹੈ ਇਸੇ ਤਰ੍ਹਾਂ ਇੱਕ ਹੋਰ ਪਿੰਡ ਆ ਉੱਥੇ ਜੇ ਆਪਾਂ ਵੇਖੀਏ ਤਾਂ ਗੰਨੇ ਦੇ ਭਾਅ ਵਾਸਤੇ ਇਹ ਲੋਕ ਲੜਦੇ ਰਹੇ ਐ ਪਰ ਬੀਤੇ ਦਿਨੀ ਉਸੇ ਪਿੰਡ ਦਾ ਇੱਕ ਨੌਜਵਾਨ ਮੁੰਡਾ ਲਵਪ੍ਰੀਤ ਉਹ ਭੰਗ ਦੇ ਪਹਾੜੇ ਗਵਾ ਲਿਆ ਇਸ ਪਿੰਡ ਨੇ ਲਵਪ੍ਰੀਤ ਦੀ ਉਮਰ ਸਿਰਫ 20 ਵਰੇ ਮਾਪਿਆਂ ਨੇ ਖੇਤਾਂ ਦੀ ਜੰਗ ਬਿਲੇ ਲਾਉਣ ਲਈ ਪੁੱਤ ਕਿਸਾਨ ਮੋਰਚੇ ਵਿੱਚ ਭਰਤੀ ਕਰਾਇਆ ਮਿੱਟੀ ਬਣ ਗਿਆ ਲਵਪ੍ਰੀਤ ਜਾਣਦੇ ਕਿ ਮੋਰਚੇ ਨੂੰ ਇੱਕ ਨਵਾਂ ਰਾਹ ਦੇ ਗਿਆ ਹੁਣ ਤੁਸੀਂ ਦੇਖੋ ਕਿ ਸ਼ਗਰਾਂ ਦੀ ਰੁੱਤੇ ਉਹ ਤੁਰ ਗਿਆ ਲਾ ਪ੍ਰਿਸੀਓ ਘਰ ਦੇ ਵਿਹੜੇ ਵਿੱਚ ਵਿਰਲਾਪ ਹੀ ਵਿਰਲਾਪ ਸੀ ਦੋ ਹੱਥੜੇ ਹੀ ਦੋ ਹੱਥੜੇ ਸੀ ਪਾਣੀ ਵਾਰਨ ਦੇ ਦਿਨ ਤੇ ਉਸ ਵਕਤ ਮਾਂ ਦੇਖ ਕੀ ਰਹੀ ਹੈ ਜਵਾਨ ਪੁੱਤ ਦੀ লাশ ਵਟਨਾਵਾਲ ਦੀ ਉਮਰੇ ਪੁੱਤ ਦੇ ਆਖਰੀ ਇਸ਼ਨਾਨ ਮਾਪਿਆਂ ਤੋਂ ਵੱਧ ਪਲਾਂ ਇਸ ਦੁੱਖ ਨੂੰ ਕੌਣ ਮਹਿਸੂਸ ਕਰ ਸਕਦਾ ਉਹਨਾਂ ਉੱਤੇ ਕੀ ਬੀਤ ਰਹੀ ਹੋਊਗੀ ਤੁਸੀਂ ਦੇਖੋ ਕਿ ਇਸੇ ਤਰ੍ਹਾਂ 65 ਵਰਿਆਂ ਦਾ ਇੱਕ ਵਿਅਕਤੀ ਜਿਨਾਦਰਾਮ ਨਛੱਤਰ ਸਿੰਘ ਹੁਣ ਸ਼ਹੀਦ ਹੋ ਗਏ ਨੇ ਕਿਸਾਨੀ ਦੇ ਘੋਲ ਦੇ ਵਿੱਚ ਕੁੱਦੇ ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਇਸ ਘੋਲ ਦੇ ਭਾਗ ਬਦਲ ਦਿੱਤੇ ਆ ਜ਼ਿੰਦਗੀ ਆਪਣੀ ਇਸ ਅੰਦੋਲਨ ਨੂੰ ਦੇ ਗਿਆ ਨਛੱਤਰ ਸਿੰਘ ਆਪਣੀ ਜ਼ਿੰਦਗੀ ਦੇ ਆਖਰੀ ਪੜਾ ਤੇ ਕਿਸਾਨੀ ਘੋਲ ਨੂੰ ਵੀ ਅਖੀਰਲੇ ਅਧਿਆਏ ਵਿੱਚ ਲੈ ਗਿਆ ਰਾਹਤ ਵਾਲੀ ਗੱਲ ਇਹ ਇਹ ਸਾਰੀ ਘਟਨਾਕਰਮ ਤੋਂ ਬਾਅਦ ਕਿ ਘਟਨਾ ਸੱਚਮੁੱਚ ਮੰਦ ਭਾਗੀ ਹੈ ਘਟਨਾ ਵਾਪਰਨ ਤੋਂ ਕੁਝ ਘੰਟੇ ਬਾਅਦ ਅੰਦੋਲਨ ਕਰ ਰਹੇ ਕਿਸਾਨਾਂ ਤੇ ਪ੍ਰਸ਼ਾਸਨ ਦੇ ਦਰਮਿਆਨ ਜੋ ਇੱਕ ਸਮਝੌਤਾ ਜਿਆ ਹੋ ਗਿਆ। ਸਾਂਝੀ ਪ੍ਰੈਸ ਕਾਨਫਰੰਸ ਵੀ ਹੋਈ। ਉਸ ਕਾਨਫਰੰਸ ਦੇ ਵਿੱਚ ਕਿਸਾਨ ਆਗੂ ਬੈਠੇ ਸਨ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਬੈਠੇ ਸੀ। ਦੱਸਿਆ ਗਿਆ ਕਿ ਮ੍ਰਿਤਕਾਂ ਦੇ ਵਾਰਸਾਂ ਨੂੰ 45-45 ਲੱਖ ਰੁਪਏ ਦਿੱਤੇ ਜਾਣਗੇ। ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਤੇ ਨਾਲ ਇਹ ਦੱਸਿਆ ਗਿਆ ਕਿ ਇਹਨਾਂ ਦੇ ਪਰਿਵਾਰਾਂ ਦੇ ਵਿੱਚੋਂ ਇੱਕ-ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਏਗੀ। ਘਟਨਾ ਦੀ ਨਿਆਂਇਕ ਜਾਂਚ ਕਰਵਾਏ ਜਾਣ ਦਾ ਫੈਸਲਾ ਵੀ ਉਸੇ ਵਕਤ ਹੋਇਆ। ਮਾਮਲੇ ਨੂੰ ਲਟਕਾਉਣ ਦੀ ਬਜਾਏ ਤੁਰੰਤ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੇ ਜੋ ਕੰਮ ਕੀਤਾ ਠੀਕ ਹੈ ਨਹੀਂ ਇਹ ਇੱਕ ਅੱਗ ਹੋਰ ਜਿਹੜੀ ਸੁਲਗ ਰਹੀ ਸੀ ਨਾ ਜਵਾਲਾਮੁਖੀ ਬਣ ਜਾਣੀ ਸੀ ਹੁਣ ਫਿਰ ਸਵਾਲ ਪੈਦਾ ਇਹ ਹੁੰਦਾ ਹੈ ਕਿ ਆਖਰ ਇਹ ਦੁਖਦਾਈ ਘਟਨਾ ਵਾਪਰ ਕਿਵੇਂ ਗਈ ਇਸ ਸਵਾਲ ਦਾ ਜਵਾਬ ਇਸ ਵਕਤ ਤਲਾਸ਼ਿਆ ਜਾਣਾ ਬੜਾ ਲਾਜ਼ਮੀ ਹੈ ਇਹ ਤਾਂ ਸਬਕ ਸਿੱਖਣਾ ਵੀ ਬਹੁਤ ਜ਼ਰੂਰੀ ਹੈ ਇਹ ਵੀ ਅਹਿਮ ਗੱਲ ਹੈ ਕਿ ਜੇ ਹਾਲਾਤ ਪਹਿਲਾਂ ਤੋਂ ਹੀ ਤਣਾਅਪੂਰਨ ਸੀ ਪੁਲਿਸ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੇ ਟਕਰਾਅ ਨੂੰ ਟਾਲਣ ਵਾਸਤੇ ਅਗਾਊਂ ਪ੍ਰਬੰਧ ਕਿਹੜੇ ਕੀਤੇ ਜੇ ਕੀਤੇ ਨਹੀਂ ਤਾਂ ਕਿਉਂ ਨਹੀਂ ਕੀਤੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਜਿਹੜੀ ਮੁਸਤੈਦੀ ਬਾਅਦ ਵਿੱਚ ਦਿਖਾਈ ਜਾ ਰਹੀ ਸੀ ਜਿਉਂ ਪਹਿਲਾਂ ਦਿਖਾਈ ਹੁੰਦੀ ਤਾਂ ਅੱਜ ਆ ਨੌ ਜੀ ਇਸ ਜਹਾਨ ਤੋਂ ਤੁਰੇ ਨਾ ਹੁੰਦੇ ਨੌ ਜਾਨਾਂ ਨੂੰ ਹੱਥ ਨਾ ਧੋਣੇ ਪੈਂਦੇ ਭਾਵੇਂ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ بیٹے سمیت 14 ਲੋਕਾਂ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਪਰ ਇਸ ਦੇ ਬਾਵਜੂਦ ਦੇਸ਼ ਭਰ ਦੇ ਵਿੱਚ ਇਸ ਘਟਨਾ ਦਾ ਵੱਡੇ ਪੱਧਰ ਤੇ ਵਿਰੋਧ ਹੋ ਰਿਹਾ ਹੈ 25 ਨਵੰਬਰ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦਾ ਦਿੱਤਾ ਬਿਆਨ ਇਸ ਘਟਨਾ ਵਾਸਤੇ ਜ਼ਿੰਮੇਵਾਰ ਮੰਨੀ ਹੈ ਜਿਸ ਵਿੱਚੋਂ ਕਹਿੰਦੇ ਸੁਣੇ ਜਾਂਦੇ ਆ ਕਿ ਮੈਂ ਸਿਰਫ ਵਿਧਾਇਕ ਜਾਂ ਸੰਸਦ ਨਹੀਂ ਮੈਂ ਤੁਹਾਨੂੰ 2 ਮਿੰਟ ਸੁਧਾਰ ਦਿਆਂਗਾ ਸੁਧਰ ਜਾਓ ਨਹੀਂ ਮੈਨੂੰ ਸੁਧਾਰਨਾ ਆਉਂਦਾ ਕਿ ਇਸ ਘਟਨਾ ਦਾ ਚੀਰਾ ਮੋਰਾ ਜੋ ਕੁਝ ਆਪਾਂ ਨੂੰ ਨਜ਼ਰ ਆ ਰਿਹਾ ਕਿ ਇਦਾਂ ਵੀ ਕ੍ਰੂਪਤਾ ਨਹੀਂ ਕਿ ਜਿਹੜਾ ਉਹਨਾਂ ਦਾ ਭਾਸ਼ਣਾ ਜਿਸ ਤੇ ਸੁਧਾਰਨ ਦੀ ਗੱਲ ਕਰਦੇ ਆ ਕੀ ਕਿਤੇ ਇਸ ਘਟਨਾ ਦੇ ਪਿੱਛੇ ਉਹੀ ਤਾਂ ਨਹੀਂ ਕਿ ਜਿਹੜਾ ਇਹ ਸ਼ਾਂਤਮਈ ਸੰਘਰਸ਼ ਚੱਲ ਰਿਹਾ ਹੈ ਇਹਨੂੰ ਅਸ਼ਾਂਤ ਕਰਨ ਵਾਸਤੇ ਕਾਕਿ ਇਹਨੂੰ ਹਿੰਸਕ ਗਰਦਾਨੀਆਂ ਜਾ ਸਕੇ ਇਹ ਚਾਲ ਤਾਂ ਨਹੀਂ ਇਸ ਘਟਨਾ ਦਾ ਕਾਰਨ 2022 ਦੀਆਂ ਚੋਣਾਂ ਜਿੱਤਣਾ ਤਾਂ ਨਹੀਂ ਜਾਂ ਫਿਰ ਇੱਕ ਵਾਰ ਫੇਰ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਪੈਦਾ ਕਰਨੀ ਤਾਂ ਨਹੀਂ ਇਸ ਘਟਨਾ ਦੇ ਪਿੱਛੇ ਕਿਤੇ ਸੱਤਾ ਦਾ غرੂਰ ਤਾਂ ਨਹੀਂ ਇਸ ਘਟਨਾ ਦੇ ਪਿੱਛੇ ਕਿਤੇ ਨਫ਼ਰਤੀ ਪ੍ਰਚਾਰਤਾ ਨਹੀਂ ਇਸ ਘਟਨਾ ਦਾ ਜਿਹੜਾ ਸਿਆਸੀ ਸੇਕ ਹੈ ਨਾ ਬਹੁਤ ਦੂਰ ਦੂਰ ਤੱਕ ਜਾਂਦੀਆਂ ਸੰਭਾਵਨਾਵਾਂ ਨੇ ਇਹਨਾਂ ਸੰਭਾਵਨਾਵਾਂ ਦੇ ਮੱਦੇਨਜ਼ਰ ਭਾਵੇਂ ਕਾਂਗਰਸ ਐ ਭਾਵੇਂ ਸਪਾ ਐ ਭਾਵੇਂ ਅਕਾਲੀ ਐ ਭਾਵੇਂ ਆਪ ਐ ਸਾਰੀਆਂ ਭਾਰਤ ਦੀਆਂ ਸਿਆਸੀ ਧਿਰਾਂ ਸਾਰੀਆਂ ਸਿਆਸੀ ਧਿਰਾਂ ਦੇ ਵੱਡੇ ਵੱਡੇ ਆਗੂ ਲੁਖੀਨਪੁਰ ਖੀਰੀਵਾਲ ਵਹੀਰਾਂ ਘਤ ਰਹੇ ਸੀ ਰਸਤੇ ਵਿੱਚ ਉਹਨਾਂ ਨੂੰ ਰੋਕਿਆ ਗਿਆ ਗ੍ਰਿਫਤਾਰੀਆਂ ਹੋ ਗਈਆਂ ਪ੍ਰਿਯੰਕਾ ਗਾਂਧੀ ਵਾਰਡਾ ਉਹਨਾਂ ਵਿੱਚੋਂ ਇੱਕ ਨਹੀਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਉਹਨਾਂ ਵਿੱਚੋਂ ਨੇ ਹਿਰਾਸਤ ਵਿੱਚ ਲੈ ਲੈ ਗਏ ਸੀ ਤੁਸੀਂ ਦੇਖੋ ਕਿ ਤਣਾਅ ਉੱਥੇ ਬਣਿਆ ਹੋਇਆ ਹੈ ਇਸ ਜਿੱਥੇ ਇਹ ਘਟਨਾ ਕਰਨ ਵਾਪਰਿਆ ਉਹਦੇ 20-20 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇੰਟਰਨੈਟ ਸੇਵਾਵਾਂ ਹਾਲੇ ਬੰਦ ਨੇ ਨਹੀਂ ਤਾਂ ਉੱਥੋਂ ਬਹੁਤ ਵੀਡੀਓਜ਼ ਇਸ ਵਕਤ ਤੱਕ ਦੀਆਂ ਸਾਹਮਣੇ ਆ ਚੁੱਕੀਆਂ ਹੁੰਦੀਆਂ ਦਰਅਸਲ ਇਸ ਘਟਨਾ ਨੂੰ ਸਮਝਣ ਦੀ ਜ਼ਰੂਰਤ ਹੈ ਜਨਵਰੀ ਤੋਂ ਬਾਅਦ ਸੰਯੁਕਤ ਕਿਸਾਨ ਮੋਰਚੇ ਤੇ ਕੇਂਦਰ ਦੇ ਵਿਚਕਾਰ ਗੱਲਬਾਤ ਟੁੱਟੀ ਹੋਈ ਹੈ ਜੇ ਦੋਵੇਂ ਤਰ੍ਹਾਂ ਦੇ ਵਿਚਾਲੇ ਗੱਲਬਾਤ ਹੁੰਦੀ ਤਾਂ ਸ਼ਾਇਦ ਅੱਜ ਆਹ ਦਿਨ ਨਾ ਦੇਖਣੇ ਪੈਂਦੇ ਕਿਸੇ ਸੁਲਾਹ ਤੇ ਕਿਸੇ ਸਮਝੌਤੇ ਤੇ ਹੁਣ ਤੱਕ ਪਹੁੰਚ ਚੁੱਕੇ ਹੁੰਦੇ ਨਾ ਇਸ ਤਰ੍ਹਾਂ ਦੀਆਂ ਭਿਆਨਕ ਘਟਨਾਵਾਂ ਵਾਪਰਦੀਆਂ ਨਾ ਨੌ ਪਰਿਵਾਰਾਂ ਦੇ ਘਰਾਂ ਦੇ ਵਿੱਚ ਵੈਣ ਪੈਂਦੀ ਆਮ ਤੌਰ ਤੇ ਆਪਾਂ ਇਹੋ ਹੀ ਕਹਿੰਦੇ ਆ ਕਿ ਗੱਲ ਹਰ ਮਸਲੇ ਦਾ ਹੱਲ ਡਾਇਲੌਗ ਦੇ ਵਿੱਚੋਂ ਸੰਵਾਦ ਦੇ ਵਿੱਚੋਂ ਹਰ ਇੱਕ ਸਮੱਸਿਆ ਦਾ ਹੱਲ ਨਿਕਲਦਾ ਜੇਕਰ ਅਜਹੀਆਂ ਘਟਨਾਵਾਂ ਤੋਂ ਭਾਰਤ ਨੇ ਬਚਣਾ ਹੈ ਤਾਂ ਅਜ ਕੀਨੀ ਬਣਾਉਣਾ ਹੋਏਗਾ ਕਿ ਜਾਨ ਮਾਲ ਦੀ ਰਾਖੀ ਹੋਣੀ ਚਾਹੀਦੀ ਆ ਹਾਨੀ ਨਹੀਂ ਹੋਣੀ ਚਾਹੀਦੀ ਦੋਵਾਂ ਧਿਰਾਂ ਦੇ ਵਿਚਕਾਰ ਗੱਲਬਾਤ ਦਾ ਚੱਲਣਾ ਬੜਾ ਲਾਜ਼ਮੀ ਹੈ ਗੱਲਬਾਤ ਦੀ ਮੇਜ਼ ਤੇ ਦੁਬਾਰਾ ਪਰਤਣਾ ਬੜਾ ਲਾਜ਼ਮੀ ਹੈ ਤਾਂ ਕਿ ਇਸ ਸਮੱਸਿਆ ਦਾ ਕੋਈ ਪੱਕਾ ਹੱਲ ਹੋ ਸਕੇ ਹੁਣ ਲਖੀਮਪੁਰ ਖੀਰੀ ਦੀ ਇੱਕੋ ਹੀ ਘਟਨਾ ਨਹੀਂ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਹੋਰ ਘਟਨਾਵਾਂ ਵਾਪਰਨ ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਰਿਆਣਾ ਦਾ ਸੀਐਮ ਵੀ ਇਸ ਤਰ੍ਹਾਂ ਦੇ ਬਿਆਨ ਦਿੰਦਾ ਤੇ ਜੋ ਘਟਨਾ ਯੂਪੀ ਵਿੱਚ ਵਾਪਰ ਗਈ ਹੁਣ ਇਸ ਘਟਨਾ ਤੋਂ ਬਾਅਦ ਪ੍ਰਤੀਕਿਰਿਆਵਾਂ ਵੱਖ-ਵੱਖ ਤਰੀਕੇ ਦੀਆਂ ਆ ਰਹੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਲੁਧਿਆਣਾ ਦੇ ਵਿੱਚੋਂ ਮੀਡੀਆ ਨਾਲ ਗੱਲਬਾਤ ਕਰ ਰਹੇ ਸੀ ਉਹ ਕਹਿੰਦੇ ਕੇਂਦਰ ਸਰਕਾਰ ਜੇਕਰ ਕਿਸਾਨੀ ਸੰਘਰਸ਼ ਜੇ ਉਹ ਚੱਲ ਰਿਹਾ ਹੈ ਉਹ ਤਾਂ ਹੀ ਚੱਲ ਰਿਹਾ ਹੈ ਨਾ ਜੇਕਰ ਉਹਨਾਂ ਨੇ ਤਿੰਨ ਕਾਨੂੰਨ ਬਣਾਏ ਨੇ ਕਾਨੂੰਨ ਵਾਪਸ ਲੈ ਲਵੇ ਤੇ ਸੰਘਰਸ਼ ਖਤਮ ਹੋ ਜੂ ਉਹ ਕਹਿੰਦੇ ਕਾਨੂੰਨ ਜਿਹੜੇ ਵਾਪਸ ਕੇਂਦਰ ਸਰਕਾਰ ਨਹੀਂ ਲੈ ਰਹੀ ਇਹਦਾ ਹੋਰ ਕੋਈ ਕਾਰਨ ਨਹੀਂ ਸਿਰਫ ਪ੍ਰਧਾਨ ਮੰਤਰੀ ਮੋਦੀ ਦੀ ਜਿੱਦ ਹੈ ਇਹਦਾ ਹੋਰ ਕੋਈ ਸਿਧਾਂਤਕ ਜਾਂ ਵਿਧਾਨਕ ਕੋਈ ਇਸ ਤਰ੍ਹਾਂ ਦਾ ਕਾਰਨ ਨਹੀਂ ਹੈ ਉਹਨਾਂ ਕਿਹਾ ਕਿ ਮੋਦੀ ਜੀ ਜਿੱਦ ਛੱਡਣ ਜੇ ਜਿੱਦ ਛੱਡ ਦੇਣ ਹਾਲਾਤ ਠੀਕ ਹੋ ਸਕਦੇ ਨਹੀਂ ਹੋਰ ਵਿਗੜ ਸਕਦੇ ਐ ਨਾਲ ਉਹਨਾਂ ਨੇ ਲਖੀਮਪੁਰ ਖੀਰੀ ਵਾਲੀ ਘਟਨਾ ਨੂੰ ਇਹਦੇ ਨਾਲ ਜੋੜਿਆ ਉਹ ਕਹਿੰਦੇ ਪਹਿਲੀ ਗੱਲ ਤਾਂ ਇਹਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਤੇ ਨਾਲ ਸੁਖਵੀਰ ਬਾਦਲ ਹੋਰਾਂ ਨੇ ਇੱਥੋਂ ਤੱਕ ਵੀ ਆਖ ਦਿੱਤਾ ਕਿ ਇਹਨਾਂ ਹੋਈਆਂ ਨੌ ਮੌਤਾਂ ਵਾਸਤੇ ਕਿਸੇ ਹੋਰ ਨੂੰ ਨਹੀਂ ਸਿੱਧਮ ਸਿੱਧਾ ਪ੍ਰਧਾਨ ਮੰਤਰੀ ਮੋਦੀ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਭਾਰਤ ਸਰਕਾਰ ਨੂੰ ਯੂਪੀ ਦੇ ਇਹ ਲਖੀਮਪੁਰ ਖਿਰੀ ਦੇ ਵਿੱਚ ਜਿਹੜੀ ਹਿੰਸਕ ਵਾਰਦਾਤ ਵਾਪਰੀ ਹੈ ਉਹਦੀ ਨਿਰਪੱਖ ਤੁਰੰਤ ਜਾਂਚ ਕਰਵਾ ਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਇਸੇ ਤਰ੍ਹਾਂ ਸੁਖਦੇਵ ਸਿੰਘ ਢੀਂਡ ਸਹੋਂ ਰਣ ਵੀ ਅਪੀਲ ਕੀਤੀ ਹੈ। ਬਾਕੀ ਦੀਆਂ ਵੀ ਜਿੰਨੀਆਂ ਸਿਆਸੀ ਤਰ੍ਹਾਂ ਨੇ ਇਹੋ ਹੀ ਅਪੀਲ ਕਰ ਰਹੀਆਂ ਨੇ ਪਰ ਹੁਣ ਖਬਰਾਂ ਜਿਹੜੀਆਂ ਸਥਾਨਕ ਲੋਕਾਂ ਵੱਲੋਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਉੱਤੇ ਗੌਰ ਫਰਮਾਉਣਾ ਬੜਾ ਲਾਜ਼ਮੀ ਹੈ ਕਿ ਅਚਨਚੇਤ ਘਟਨਾ ਨਹੀਂ ਵਾਪਰੀ ਇਹ ਯੋਜਨਾਬੱਧ ਤਰੀਕੇ ਨਾਲ ਕਿਸਾਨਾਂ ਦਾ ਕਤਲ ਕੀਤਾ ਗਿਆ ਮੈਂ ਜਿਸ ਤਰ੍ਹਾਂ ਵਾਰ-ਵਾਰ ਦੱਸ ਰਿਹਾ ਕਿ ਹੁਣ ਤੱਕ ਕੁੱਲ 9 ਮੌਤਾਂ ਹੋ ਚੁੱਕੀਆਂ ਨੇ ਇਹ ਸਾਰਾ ਘਟਨਾਕਰਮ ਕਿਵੇਂ ਵਾਪਰਿਆ ਹੌਲੀ-ਹੌਲੀ ਹੁਣ ਇਸ ਦੀਆਂ ਪਰਤਾਂ ਖੁੱਲ ਰਹੀਆਂ ਨੇ ਪਹਿਲਾਂ ਤਾਂ ਇੱਕ ਵੀਡੀਓ ਸਾਹਮਣੇ ਆ ਚੁੱਕੀ ਹੈ ਜਿਸ ਤਾ ਆਪਾਂ ਪਿਛਲੇ ਪ੍ਰੋਗਰਾਮਾਂ ਵਿੱਚ ਜ਼ਿਕਰ ਕਰ ਚੁੱਕੇ ਹਾਂ ਕਿ ਪਿੱਛੋਂ ਗੱਡੀਆਂ ਆਉਂਦੀਆਂ ਨੇ ਤੇਜ਼ ਰਫ਼ਤਾਰ ਗੱਡੀਆਂ ਆਉਂਦੀਆਂ ਨੇ ਕਿਸਾਨਾਂ ਨੂੰ ਦਰੜਦੀਆਂ ਨੇ ਦੇ ਵਿੱਚ ਆ ਸਾਰਾ ਕੁਝ ਵਾਪਰ ਜਾਂਦਾ ਹੈ ਹੁਣ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਵੱਲੋਂ ਕਿਸਾਨਾਂ ਨੂੰ ਧਮਕੀ ਦੇਣਾ ਫਿਰ ਵਿਰੋਧ ਕਰ ਰਹੇ ਕਿਸਾਨਾਂ ਨੂੰ ਉਹਦੇ ਪੁੱਤਰ ਵੱਲੋਂ ਦਰੜ ਦੇਣਾ ਇਹ ਕੋਈ ਗੁੱਜੇ ਨਹੀਂ ਸਗੋਂ ਸਿੱਧੇ ਇਸ਼ਾਰੇ ਕਰ ਰਿਹਾ ਹੈ ਕਿ ਕਿਸਾਨਾਂ ਨੂੰ ਕੋਚਲਣ ਦੀ ਇੱਕ ਗਿਣੀ ਮਿਥੀ ਸਾਜ਼ਿਸ਼ ਹੈ ਉੱਥੋਂ ਦੇ ਜਿਹੜੇ ਸਥਾਨਕ ਲੋਕ ਨੇ ਉਹ ਦੱਸ ਰਹੇ ਨੇ ਕਿ ਇਸ ਐਲਾਨ ਤੋਂ ਬਾਅਦ ਮੰਤਰੀ ਦਾ ਪੁੱਤਰ ਹਥਿਆਰਾਂ ਨਾਲ ਲੈਸ ਹੋ ਕੇ ਕਈ ਗੱਡੀਆਂ ਸਮੇਤ ਫਾਇਰਿੰਗ ਕਰਦਾ ਕਿਸਾਨਾਂ ਵੱਲ ਵਧਰਿਆ ਗੋਲੀ ਚਲਾਈ ਗੋਲੀ ਲੱਗਣ ਦੇ ਕਾਰਨ ਇੱਕ ਕਿਸਾਨ ਉੱਥੇ ਸ਼ਹੀਦ ਹੋਇਆ ਬਾਕੀ ਤਿੰਨ ਦੀ ਮੌਤ ਉਹਦੀਆਂ ਗੱਡੀਆਂ ਦੇ ਹੇਠ ਦੜੇ ਜਾਣ ਕਾਰਨ ਹੋਈ ਹੈ ਹੁਣ ਦਰੜ ਦਿੱਤੇ ਕੁਚਲ ਦਿੱਤੇ ਇਹ ਆਮਤਾ ਨਹੀਂ ਹੈ ਤੁਸੀਂ ਜੋ ਵੀਡੀਓ ਦੇਖੀ ਹੋਵੇ ਤੁਸੀਂ ਦੇਖੋ ਕਿ ਕਿਸਾਨ ਤਾਂ ਪੂਰੇ ਰੋਡ ਤੇ ਜਾ ਰਹੇ ਨੇ ਜਿੰਨੀ ਦੇਰ ਤੱਕ ਰਸਤਾਂ ਨਹੀਂ ਭੜਿਆ ਇੰਨੀ ਤੇਜ਼ ਰਫ਼ਤਾਰ ਨਾਲ ਸਿਆਣਾ ਬੰਦਾ ਤਾਂ ਵੈਸੀ ਕੂਕ ਗੱਡੀ ਨਹੀਂ ਚਲਾਉਂਦਾ ਫਿਰ ਇਹ ਵੀ ਹੈ ਨਹੀਂ ਕਿ ਉਸ ਗੱਡੀ ਨੂੰ ਹਾਰ ਨਹੀਂ ਲੱਗੇ ਹੋਏ ਫਿਰ ਇਹ ਵੀ ਹੈ ਨਹੀਂ ਕਿ ਬੰਦੇ ਮੂਰੇ ਜਾਂਦੇ ਨਜ਼ਰ ਨਹੀਂ ਆ ਰਹੇ ਜਾਂ ਤਾਂ ਅਚਨਚੇਤ ਸੜਕ ਤੇ ਆ ਕੇ ਖੜ ਗਏ ਹੋਣ ਉਹ ਤਾਂ ਝੰਡੇ ਲੈ ਕੇ ਤੁਰੇ ਜਾ ਰਹੇ ਨੇ ਹੁਣ ਗੱਡੀ ਦੇ ਹੇਠਾਂ ਦਿੱਤੇ ਜਾਣ ਦਾ ਕਾਰਨ ਕੀ ਸੀ ਕਿਸਾਨਾਂ ਦਾ ਕਹਿਣਾ ਹੈ ਕਿ ਮੰਤਰੀ ਦੇ ਪੁੱਤਰ ਦੀ ਮਨਸ਼ਾ ਜਿਆਦਾ ਤੋਂ ਜਿਆਦਾ ਉਸ ਵਕਤ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਨੁਕਸਾਨ ਪਹੁੰਚਾਉਣ ਦੀ ਸੀ ਇਸ ਤੋਂ ਬਾਅਦ ਸਾਮਣੇ ਉਹ ਇੱਕ ਬੱਸ ਆ ਰਹੀ ਸੀ ਉਹ ਕਹਿੰਦੇ ਜਦੋਂ ਤੇਜ਼ ਰਫਤਾਰ ਨਾਲ ਕਿਸਾਨਾਂ ਦੇ ਉੱਤੇ ਗੱਡੀਆਂ ਚੜਾਉਂਦਾ ਉਹ ਅੱਗੇ ਵਧ ਰਹੀ ਸੀ ਸਾਮਣੇ ਉਹ ਬੱਸ ਆ ਗਈ ਗੱਡੀ ਉਹਨਾਂ ਦੀ ਪਲਟ ਗਈ ਗੱਡੀ ਪਲਟਣ ਤੋਂ ਬਾਅਦ ਉਹ ਗੋਲੀਆਂ ਚਲਾਉਣ ਲੱਗਿਆ ਪਲਟੀਆਂ ਗੱਡੀਆਂ ਨੂੰ ਜਦੋਂ ਗੋਲੀ ਲੱਗੀ ਤਾਂ ਉਹਨਾਂ ਨੂੰ ਅੱਗ ਪੈ ਗਈ ਉਹਨਾਂ ਇਹ ਵੀ ਦੱਸਿਆ ਕਿ ਉਹਦੇ ਤੋਂ ਬਾਅਦ ਮੰਤਰੀ ਦੇ ਮੁੰਡੇ ਮੋਨੂ ਮਿਸ਼ਰਾ ਨੇ ਗੱਡੀਆਂ ਵਿੱਚੋਂ ਨਿਕਲ ਕੇ ਗੰਨੇ ਦੇ ਖੇਤਾਂ ਵਿੱਚ ਜਾਂਦੇ ਹੋਏ ਵੀ ਗੋਲੀਬਾਰੀ ਕੀਤੀ ਕਿਸਾਨ ਆਗੂ ਨੇ ਦੱਸਿਆ ਕਿ ਜੇਕਰ ਕੇਂਦਰ ਸਰਕਾਰ ਇਸ ਮਾਮਲੇ ਦੀ ਪਾਰਦਰਸ਼ੀ ਜਾਂਚ ਨਹੀਂ ਕਰੂਗੀ ਤਾਂ ਇਹ ਅੰਦੋਲਨ ਅੱਗੇ ਵਧਾਇਆ ਜਾਵੇਗਾ। ਉਹਨਾਂ ਇਹ ਵੀ ਕਿਹਾ ਕਿ ਕੇਂਦਰੀ ਗ੍ਰਹਿ ਰਾਜमंत्री ਹਮੇਸ਼ਾ ਹਥਿਆਰਾਂ ਨਾਲ ਲੈਸ ਰਹਿੰਦੀ ਹੈ। ਉਹਨਾਂ ਵਿਰੁੱਧ ਕਤਲਿਆਮ ਸਮੇਤ ਕਈ ਹੋਰ ਨਾਂ ਤਰ੍ਹਾਂ ਦੇ ਆਂਤਰਾਮਾਂ ਤੇ ਮਾਮਲੇ ਵੀ ਚੱਲ ਰਹੇ ਨੇ। ਉਹਨਾਂ ਇਹ ਵੀ ਦੱਸਿਆ ਕਿ ਜਿਹੜੇ ਉੱਥੋਂ ਦੇ ਆਲੇ-ਦੁਆਲੇ ਦੇ ਲੋਕ ਨੇ ਰਹਿਣ ਵਾਲੇ ਨੇ ਸਥਾਨਕ ਲੋਕ ਨੇ ਚੰਗੀ ਤਰ੍ਹਾਂ ਜਾਣਦੇ ਆ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਇਹ ਕਾਰਵਾਈ ਪਹਿਲਾਂ ਤੋਂ ਤਹਿ ਯੋਜਨਾ ਦੇ ਅਨੁਸਾਰ ਕੀਤੀ ਗਈ ਹੈ ਇਸ ਤਰ੍ਹਾਂ ਗੋਲੀ ਲੱਗਣ ਕਾਰਨ ਇੱਕ ਪੱਤਰਕਾਰ ਦੀ ਮੌਤ ਵੀ ਹੋਈ ਹੈ ਜਿਸ ਦਾ ਆਪਾਂ ਵਿਸਥਾਰ ਨਾਲ ਰਮਨ ਕਸ਼ਿਪ ਦੇ ਬਾਬਤ ਜਾਣਕਾਰੀ ਤੁਹਾਡੇ ਨਾਲ ਪੰਜਾਬ ਬੋਲ ਦਾ ਵਿੱਚ ਸਾਂਝੀ ਕੀਤੀ ਸੀ ਉਹਨਾਂ ਦੇ ਪਰਿਵਾਰ ਦੇ ਜੀਅ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਸਾਨੂੰ ਇੱਕ ਨਿਊਜ਼ ਚੈਨਲ ਹੈ ਉਹਨਾਂ ਨੇ ਆ ਕੇ ਕਿਹਾ ਕਿ ਤੁਸੀਂ ਇਹ ਕਹੋ ਕਿ ਕਿਸਾਨਾਂ ਦੀਆਂ ਡਾਂਗਾਂ ਕਾਰਨ ਰਮਨ ਦੀ ਮੌਤ ਹੋਈ ਹੈ ਉਹ ਕਹਿੰਦੇ ਸਾਡੇ ਮੂੰਹ ਦੇ ਵਿੱਚ ਬੋਲ ਪਾ ਰਹੇ ਸੀ ਪਰ ਕਹਿੰਦੇ ਸਾਨੂੰ ਪਤਾ ਹੈ ਕਿ ਉਹ ਘਰੋਂ ਪੱਤਰਕਾਰੀ ਕਰਨ ਗਿਆ ਸੀ ਉਹ ਭਾਰਤੀ ਜਨਤਾ ਪਾਰਟੀ ਦਾ ਕਾਰਕੁਨ ਨਹੀਂ ਸੀ ਜਿਸ ਨੂੰ ਭਾਰਤੀ ਜਨਤਾ ਪਾਰਟੀ ਦਾ ਕਾਰਕੁਨ ਦੱਸਿਆ ਜਾ ਰਿਹਾ ਹੈ ਹੁਣ ਤੁਸੀਂ ਦੇਖੋ ਕਿ ਇਹ ਉਹ ਰੰਗਤ ਕੀ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਦਰਅਸਲ ਕਾਰਨ ਕੀ ਸੀ ਕੁਝ ਇੱਕ ਤਾਂ ਮੈਂ ਜ਼ਿਕਰ ਕੀਤਾ ਹੈ ਕਿ ਅਸਲ ਦੇ ਵਿੱਚ ਗਿਣੀ ਮਿਥੀ ਸਾਜ਼ਿਸ਼ ਖੁਲਾਸੇ ਹੋ ਰਹੇ ਨੇ ਤੇ ਜਦੋਂ ਇੰਟਰਨੈਟ ਸੇਵਾਵਾਂ ਬਹਾਲ ਹੋ ਗਿਆ ਬਹੁਤ ਸਾਰੇ ਵੀਡੀਓ ਹੋਰ ਵੀ ਸਾਹਮਣੇ ਆਉਣਗੇ ਰਮਨ ਕਸ਼ਯਪ ਦੀ ਮੌਤ ਦਾ ਕਾਰਨ ਵੀ ਇਹੀ ਦੱਸਿਆ ਗਿਆ ਹੈ ਉਹਨਾਂ ਨੇ ਇਸ ਸਾਰੇ ਘਟਨਾਕਰਮ ਦੀ ਵੀਡੀਓ ਬਣਾ ਲਈ ਸੀ ਬਸ ਉਸੇ ਕਾਰਨ ਉਹਨਾਂ ਦੀ ਜਾਨ ਚਲੀ ਗਈ ਇਸ ਘਟਨਾ ਦੀ ਜਿੰਨੀ ਨਿੰਦਿਆ ਹੋਵੇ ਓਨੀ ਥੋੜੀ ਹੈ ਤੇ ਅਗਲੀ ਖਬਰ ਜੇਕਰ ਤੁਹਾਡੇ ਕੋਲ 15 ਸਾਲ ਤੋਂ ਜ਼ਿਆਦਾ ਪੁਰਾਣੀਆਂ ਗੱਡੀਆਂ ਨੇ 15 ਸਾਲ ਤੋਂ ਜ਼ਿਆਦਾ ਪੁਰਾਣੇ ਵਾਹਨ ਨੇ ਜਦੋਂ ਤੁਸੀਂ ਦੁਬਾਰਾ ਉਹਦੀ ਰਜਿਸਟ੍ਰੇਸ਼ਨ ਕਰਵਾਉਣੀ ਹੈ ਪਹਿਲਾਂ ਦੀ ਤੁਲਨਾ ਦੇ ਵਿੱਚ 8 ਗੁਣਾ ਜ਼ਿਆਦਾ ਰਕਮ ਤੁਹਾਨੂੰ ਦੇਣੀ ਪੈਗੀ ਜੇਬ ਜ਼ਿਆਦਾ ਖਾਲੀ ਹੋਏਗੀ ਸੜਕ ਟ੍ਰਾਂਸਪੋਰਟ ਤੇ ਰਾਜਮਾਰਗ ਮੰਤਰਾਲੇ ਨੇ ਪੁਰਾਣੇ ਵਾਹਨਾਂ ਦੀ ਦੁਬਾਰਾ ਰਜਿਸਟ੍ਰੇਸ਼ਨ ਦੇ ਨਾਲ ਜੁੜਿਆ ਇੱਕ ਨੋਟੀਫਿਕੇਸ਼ਨ ਹੁਣ ਜਾਰੀ ਕਰ ਦਿੱਤਾ ਹੈ ਜਿਹੜਾ ਨੈਸ਼ਨਲ ਆਟੋਮੋਬਾਈਲ ਸਕ੍ਰੈਪੇਜ ਪਾਲਿਸੀ ਨੂੰ ਲਾਗੂ ਕਰਨ ਦੀ ਸਰਕਾਰ ਦੀ ਸਮੁੱਚੀ ਯੋਜਨਾ ਦਾ ਇੱਕ ਹਿੱਸਾ ਹੈ ਇਸ ਸਮੇਂ 15 ਸਾਲ ਪੁਰਾਣੀ ਕਾਰ ਦੀ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣ ਲਈ 600 ਰੁਪਏ ਖਰਚ ਕਰਨੇ ਪੈਂਦੇ ਨੇ ਪਰ ਅਗਲੇ ਸਾਲ ਅਪ੍ਰੈਲ ਤੋਂ ਉਹਦੇ 600 ਦੀ ਬਜਾਏ 5000 ਰੁਪਏ ਖਰਚਣੇ ਪੈਣਗੇ ਜੇਕਰ ਬਾਈਕ ਦੀ ਦੁਬਾਰਾ ਰਜਿਸਟ੍ਰੇਸ਼ਨ ਕਰਵਾਉਣੀ ਹੋਏਗੀ ਹੁਣ 300 ਲੱਗਦਾ ਤੇ ਫਿਰ 1000 ਰੁਪਏ ਦੇਣੇ ਪੈਣਗੇ। ਇਸੇ ਤਰ੍ਹਾਂ 15 ਸਾਲ ਪੁਰਾਣੇ ਟਰੱਕਾਂ ਤੇ ਬੱਸਾਂ ਦੀ ਫਿਟਨੈਸ ਨਵੀਨੀ ਕਰ ਲਈ 1500 ਰੁਪਏ ਦੀ ਵਿਦਾਇ ਸਾਢੇ 12000 ਰੁਪਏ ਦੇਣੇ ਪੈਣਗੇ। ਦਰਾਮਦ ਬਾਈਕ ਦੀ ਦੁਬਾਰਾ ਰਜਿਸਟ੍ਰੇਸ਼ਨ ਲਈ ਜਿੱਥੇ 10000 ਦੇਣੇ ਪਹਿਣਗੇ ਉਥੇ ਇਸੇ ਤਰ੍ਹਾਂ ਦੀ ਕਾਰ ਲਈ 40000 ਰੁਪਏ ਖਰਚ ਕਰਨੇ ਪੈਣਗੇ। ਜਾਰੀ ਕੀਤੇਗਾ ਨੋਟੀਫਿਕੇਸ਼ਨ ਦੇ ਵਿੱਚ ਇਹ ਵੀ ਦੱਸ ਦਿੱਤਾ ਗਿਆ ਹੈ ਕਿ ਫਿਟਨੈਸ ਸਰਟੀਫਿਕੇਟ ਦੀ ਮਿਆਦ ਖਤਮ ਹੋਣ ਤੇ ਹਰ ਰੋਜ਼ ਦੀ ਦੇਰੀ 50 ਰੁਪਏ ਦੀ ਵਾਧੂ ਫੀਸ ਦੇਣੀ ਪੈਗੀ ਤੇ ਜੇਕਰ ਰਜਿਸਟ੍ਰੇਸ਼ਨ ਜਿਹੜਾ ਤੁਹਾਡਾ ਸਰਟੀਫਿਕੇਟ ਹੈ ਉਹ 스마트 ਕਾਰਡ ਵਰਗਾ ਹੈ ਤਾਂ ਰੋਜ਼ਾਨਾ ਦੇ ਹਿਸਾਬ ਨਾਲ 200 ਰੁਪਏ ਤੁਹਾਨੂੰ ਫੀਸ ਵਾਧੂ ਦੇਣੀ ਪੈਗੀ ਜੇਕਰ ਦੁਬਾਰਾ ਰਜਿਸਟ੍ਰੇਸ਼ਨ ਦੀ ਅਰਜ਼ੀ 'ਚ ਦੇਰੀ ਹੁੰਦੀ ਹੈ ਤਾਂ ਪ੍ਰਾਈਵੇਟ ਵਾਹਨਾਂ ਦੇ ਮਾਮਲੇ ਵਿੱਚ ਹਰ ਰੋਜ਼ ਮਹੀਨੇ ਦੇ ਹਿਸਾਬ ਨਾਲ 300 ਰੁਪਏ ਅਤੇ ਕਮਰਸ਼ੀਅਲ ਵਾਹਨਾਂ ਦੇ ਮਾਮਲੇ 'ਚ ਹਰ ਮਹੀਨੇ 500 ਰੁਪਏ ਦੀ ਹੋਰ ਡਿਊਟੀ ਲਗਾ ਦਿੱਤੀ ਜਾਏਗੀ ਸ਼ਾਇਦ ਤੁਹਾਨੂੰ ਚੇਤਾ ਹੋਣਾ ਹੈ ਕਿ ਇਸੇ ਸਾਲ ਅਗਸਤ ਮਹੀਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੈਸ਼ਨਲ ਆਟੋਮੋਬਾਈਲ ਸਕ੍ਰੈਪੇਜ ਪਾਲਿਸੀ ਲਾਂਚ ਕੀਤੀ ਸੀ ਉਹਦੇ ਤਹਿਤ ਭਾਰੀ ਕਮਰਸ਼ੀਅਲ ਵਾਹਨਾਂ ਦੀ ਫਿਟਨੈਸ ਪਹਿਲੀ ਅਪ੍ਰੈਲ 2023 ਤੋਂ ਲਾਜ਼ਮੀ ਤੌਰ ਤੇ ਲਾਗੂ ਕੀਤੇ ਜਾਣ ਦੀ ਸੰਭਾਵਨਾ ਸੀ ਉੱਥੇ ਹੋਰ ਵਾਹਨਾਂ ਲਈ ਇਸ ਨੂੰ ਪਹਿਲੀ ਜੂਨ 2024 ਤੋਂ ਲਾਜ਼ਮੀ ਕੀਤਾ ਜਾ ਸਕਦਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਹੋਰ ਥੋੜੇ ਬਹੁਤ ਵਿਸਥਾਰ ਦੀਆਂ ਜਦੋਂ ਖਬਰਾਂ ਆਈਆਂ ਤੇ ਤੁਹਾਡੇ ਨਾਲ ਫੇਰ ਸੰਖਿਆ ਕਰਾਂਗੇ ਪਰ ਚਿੱਤੇ ਰੱਖਿਓ ਕਿ 15 ਸਾਲ ਤੋਂ ਪੁਰਾਣੀਆਂ ਜਿਨ੍ਹਾਂ ਕੋਲ ਕਿਸੇ ਵੀ ਤਰ੍ਹਾਂ ਦੀਆਂ ਗੱਡੀਆਂ ਨੇ ਉਹਨਾਂ ਨੂੰ ਰਜਿਸਟ੍ਰੇਸ਼ਨ ਤੇ ਪਹਿਲਾਂ ਦੀ ਬਜਾਏ ਜ਼ਿਆਦਾ ਪੈਸੇ ਖਰਚਣੇ ਪੈਣਗੇ ਤੇ ਅਗਲੀ ਖਬਰ ਹੈ ਇਲਾਹਾਬਾਦ ਹਾਈ ਕੋਰਟ ਨੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੈ ਕੀਤਿਆ ਪੁਲਿਸ ਨੂੰ ਇਲਾਹਾਬਾਦ ਹਾਈ ਕੋਰਟ ਨੇ ਯੂਪੀ ਦੀ ਪੀਲੀ ਪੀਤ ਪੁਲਿਸ ਥਾਣੇ ਦੇ ਵਿੱਚ ਇੱਕ ਸਿੱਖ ਪਰਿਵਾਰ ਨੂੰ ਲਿਜਾ ਕੇ 3 ਡਿਗਰੀ ਟੌਰਚਰ ਕੀਤਾ ਗਿਆ ਸੀ ਤੇ ਫਿਰ ਅਪਰਾਧਿਕ ਕੇਸ ਤਰਜ਼ ਕਰ ਲਿਆ ਗਿਆ ਸੀ। ਐਫ ਆਈ ਆਰ ਦੀ ਨਿਰਪੱਖ ਜਾਂਚ ਕਰਨ ਦੇ ਹੁਣ ਨਿਰਦੇਸ਼ ਦਿੱਤੇ ਐ। ਦੱਸਿਆ ਗਿਆ ਕਿ ਦੋਸ਼ੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਵਿਭਾਗੀ ਕਾਰਵਾਈ ਕੀਤੀ ਜਾਵੇ। ਅਦਾਲਤ ਨੇ ਦੋਵੇਂ ਕਾਰਵਾਈਆਂ 3 ਮਹੀਨਿਆਂ ਦੇ ਅੰਦਰ-ਅੰਦਰ ਪੂਰੀਆਂ ਕਰਨ ਦੇ ਨਿਰਦੇਸ਼ ਵੀ ਦਿੱਤੇ ਨੇ। ਦੱਸਿਆ ਗਿਆ ਕਿ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਨੇ ਪੁਲਿਸ ਨੇ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਵਾਸਤੇ ਮਿੱਟੀ ਪਾਉਣ ਦੇ ਵਾਸਤੇ ਅਧਿਕਾਰੀਆਂ ਦੀ ਮੁਆਤਲੀ ਕਰ ਦਿੱਤੀ ਬਦਲੀ ਕਰ ਦਿੱਤੀ ਉਹਨਾਂ ਦੇ ਖਿਲਾਫ ਕੋਈ ਠੋਸ ਕਾਰਵਾਈ ਕੀਤੀ ਨਹੀਂ ਗਈ ਜਦੋਂ ਕਿ ਹੁਣ ਮਾਨਯੋਗ ਅਦਾਲਤ ਨੇ ਕਿਹਾ ਕਿ ਉਹਨਾਂ ਦੇ ਖਿਲਾਫ ਬਣਦੀ ਠੋਸ ਕਾਰਵਾਈ ਕਰੋ ਇਹ ਆਦੇਸ਼ ਜਸਟਿਸ ਐਸ ਪੀ ਕੇਸਰਵਾਨੀ ਅਤੇ ਜਸਟਿਸ ਪਿਊਸ਼ ਅਗਰਵਾਲ ਦੇ ਬੈਂਚ ਨੇ ਰੇਸ਼ਮ ਸਿੰਘ ਦੀ ਐਪ ਪਟੀਸ਼ਨ ਤੇ ਕੀਤੀ ਹੈ ਪਟੀਸ਼ਨ 'ਚ ਘਟਨਾ ਦੀ ਨਿਰਪੱਖ ਜਾਂਚ ਕਰਵਾਉਣ ਦੋਸ਼ੀ ਜਿਹੜੇ ਪੁਲਿਸ ਮੁਲਾਜ਼ਮ ਨੇ ਅਧਿਕਾਰੀ ਨੇ ਉਹਨਾਂ ਦੀ ਤੁਰੰਤ ਗ੍ਰਿਫਤਾਰੀ ਕਰਨ ਕੋਰਟ ਦੀ ਮਾਨਿਟਰਿੰਗ ਦੀ ਮੰਗ ਵੀ ਕੀਤੀ ਗਈ ਸੀ ਪਟੀਸ਼ਨਰ ਦੱਸਣਾ ਬਣਦਾ ਕਿ ਆਪਣੀਆਂ ਦੋ ਭੈਣਾਂ ਦੇ ਨਾਲ 2 ਮਈ ਇਸੇ ਸਾਲ ਭਾਵ 2021 ਨੂੰ ਕਿਸੇ ਸੋਗ ਦੇ ਵਿੱਚ ਸ਼ਾਮਲ ਹੋਣ ਵਾਸਤੇ ਆਪਣੀ ਕਾਰ ਦੇ ਰਾਹੀਂ ਪੀਲੀਪੀਤ ਤੋਂ ਲਖੀਮਪੁਰ ਅਖੀਰੀਵਾਲ ਜਾ ਰਹੇ ਸੀ ਸਵੇਰੇ 9 ਵਜੇ ਹੋਏ ਸੀ ਅਨਾਜ ਮੰਡੀ ਦੇ ਕੋਲ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਗੱਡੀ ਰੋਕ ਕੇ ਉਹਨਾਂ ਤੋਂ ਕਾਗਜ਼ ਮੰਗੇ ਕਾਗਜ਼ ਦਿਖਾਉਂਦਿਆਂ ਦਿਖਾਉਂਦਿਆਂ ਲੱਭਦਿਆਂ ਲੱਭਦਿਆਂ ਕੁਝ ਦੇਰੀ ਹੋ ਗਈ ਪੁਲਿਸ ਵਾਲੇ ਉਸ ਪਰਿਵਾਰ ਨੂੰ ਗਾਲੀ-ਗਲੋਚ ਕਰਨ ਲੱਗ ਪਏ ਵਿਰੋਧ ਕੀਤਾ ਕਿ ਭਾਈ ਤੁਸੀਂ ਗਾਲਾਂ ਕਿਉਂ ਕੱਢਦੇ ਹੋ ਪੇਪਰ ਮੰਗਿਆ ਪੇਪਰ ਮੈਂ ਲੱਭ ਰਿਹਾ ਤੁਹਾਨੂੰ ਦਿਖਾ ਰਿਹਾ ਤੇ ਦੱਸਿਆ ਗਿਆ ਕਿ ਫਿਰ ਉਸ ਪਰਿਵਾਰ ਨੂੰ ਥਾਣੇ ਲਿਜਾਇਆ ਗਿਆ ਮਾਰਿਆ ਗਿਆ ਕੁੱਟਿਆ ਗਿਆ 3 ਡਿਗਰੀ ਟੌਰਚਰ ਕੀਤਾ ਗਿਆ ਤੇ ਦੂਸਰੇ ਦਿਨ ਐਫ ਆਈ ਆਰ ਦਰਜ ਕਰਵਾ ਦਿੱਤੀ ਗਈ ਇਹ ਸਾਰੀ ਘਟਨਾ ਦੀ ਵੀਡੀਓ ਬਣ ਗਈ ਸੀ ਤੇ ਮੀਡੀਆ ਵਾਇਰਲ ਹੋ ਗਈ। ਇਹ ਵੀਡੀਓ ਦੇ ਜਦੋਂ ਵਾਇਰਲ ਹੋਈ ਤਾਂ ਪੂਰੇ ਸਮਾਜ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਗੁੱਸਾ ਆ ਗਿਆ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗ੍ਰਹਿ ਮੰਤਰਾਲੇ ਨੂੰ ਇਸ ਮਾਮਲੇ ਦੀ ਸ਼ਿਕਾਇਤ ਭੇਜੀ ਸੀ। ਤੇ ਇਸ ਤੇ ਪਟੀਸ਼ਨਰ ਦੀ ਵੀ ਐਫ ਆਈ ਆਰ ਦਰਜ ਕਰ ਲਈ ਗਈ। ਪਰ ਐਸ ਪੀ ਨੇ ਮੋੜੀ ਜਾਂਚ ਕੋਈ ਕੀਤੀ ਨਹੀਂ। ਜਾਂਚ ਕੀਤੇ ਬਗੈਰ ਉਹ ਜਿਹੜੇ ਪੁਲਿਸ ਮੁਲਾਜ਼ਮ ਸਨ ਉਹਨਾਂ ਦਾ ਤਬਾਦਲਾ ਕਰ ਦਿੱਤਾ, ਮੁਅਤਲੀ ਕਰ ਦਿੱਤੀ। ਜ਼ਿੰਮੇਵਾਰ ਪੁਰਸ ਮੁਲਾਜ਼ਮਾਂ ਤੇ ਕੋਈ ਵਿਭਾਗੀ ਕਾਰਵਾਈ ਕੀਤੀ ਹੋਈ ਨਾ ਹੁਣ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਪਾਈ ਗਈ ਫਿਰ ਕੋਰਟ ਨੇ ਜਵਾਬ ਮੰਗਿਆ ਹਲਫਨਾਮਾ ਦਾਇਰ ਕਰਕੇ ਪਟੀਸ਼ਨਰ ਦੇ ਖਿਲਾਫ ਇਹ ਦੱਸਿਆ ਗਿਆ ਕਿ ਭਈ ਅਸੀਂ ਜਿਹੜੀਆਂ ਧਰਾਵਾਂ ਲਾਈਆਂ ਸੀ ਉਹ ਹਟਾ ਦਤੀਆਂ ਪਰਿਵਾਰ ਦੇ ਖਿਲਾਫ ਕਾਰਵਾਈ ਹੁਣ ਅਸੀਂ ਖਤਮ ਕਰ ਦਤੀ ਹੈ ਪੁਲਿਸ ਵਾਲਿਆਂ ਦੇ ਖਿਲਾਫ ਪਰ ਕੋਈ ਕਾਰਵਾਈ ਜਦੋਂ ਨਾ ਹੋਈ ਤਾਂ ਹੁਣ ਮਾਨਯੋਗ ਅਦਾਲਤ ਨੇ ਕਿਹਾ ਕਿ 3 ਮਹੀਨਿਆਂ ਦੇ ਅੰਦਰ ਅੰਦਰ ਗ੍ਰਿਫਤਾਰ ਕਰੋ ਉਨ੍ਹਾਂ ਦੇ ਖਿਲਾਫ ਐਫ ਆਈ ਆਰ ਦਰਜ ਕਰੋ ਹੁਣ ਤੁਸੀਂ ਦੇਖੋ ਕਿ ਇਹ ਉਹ ਘਟਨਾ ਹੈ ਜਿਹੜੀ ਆਮ ਹੋ ਸਕਦਾ ਹੈ ਤੁਹਾਡੇ ਵਿੱਚੋਂ ਵੀ ਮੇਰੇ ਵਰਗੇ ਨਾਲ ਵੀ ਕਿਸੇ ਨਾਲ ਕਿਸੇ ਨੱਕੇ ਤੇ ਜ਼ਰੂਰ ਵਰਤੀ ਹੋਵੇ ਵਾਪਰੀ ਹੋਵੇ ਗਾਲਾਂ ਕੱਟੀਆਂ ਹੋਣ ਕਿਸੇ ਨੂੰ ਹੋ ਸਕਦਾ ਹੈ ਥਾਣੇ ਨਾਲ ਲੈ ਕੇ ਜਾਇਆ ਗਿਆ ਹੋਵੇ ਹੋ ਸਕਦਾ ਕਿਸੇ ਨੂੰ ਥਾਣੇ ਲਿਜਾ ਕੇ ਰਾਤ ਕਟਾ ਕੇ ਛੱਡਿਆ ਹੋਵੇ ਪਰ ਕਈ ਵਾਰੀ ਸੀ ਕਿਨੇ ਚੱਲ ਛੱਡ ਜਾਰ ਕੋਈ ਨਹੀਂ ਛੱਡ ਗਿਆ ਛੱਡ ਦਿੱਤਾ ਸਾਨੂੰ ਕਿੱਡੀ ਵੱਡੀ ਗੱਲ ਹੈ ਪਰ ਜੇਕਰ ਕਾਨੂੰਨੀ ਚਾਰਾ ਜੋਈ ਕੀਤੀ ਜਾਵੇ ਪਰ ਕਈ ਵਾਰੀ ਇਨਸਾਫ ਮਿਲਦਾ ਤੇ ਬਹੁਤ ਸਾਰੇ ਲੋਕਾਂ ਨੂੰ ਕੰਨ ਹੁੰਦੇ ਆ ਹੁਣ ਵੇਖਦੇ ਆ ਕਿ 3 ਮਹੀਨਿਆਂ ਦੇ ਅੰਦਰ ਅੰਦਰ ਜਿਹੜੇ ਦੋਸ਼ੀ ਪੁਲਿਸ ਮੁਲਾਜ਼ਮ ਨੇ ਉਹਨਾਂ ਦੇ ਉੱਤੇ ਕਿਹੋ ਜੀ ਕਾਰਵਾਈ ਹੁੰਦੀ ਹੈ ਤੇ ਅਗਲੀ ਖਬਰ ਹੈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰੀ ਤੁਹਾਨੂੰ ਯਾਦ ਹੋਣਾ ਕਿ ਬੀਤੇ ਦਿਨੀ ਵੀ ਮੁਲਾਕਾਤ ਕਰਕੇ ਆਈ ਸੀ ਆ ਇੱਕ ਵਾਰੀ ਫਿਰ ਤੋਂ ਖਬਰ ਮਿਲ ਰਹੀ ਹੈ ਕਿ ਉਹ ਫੇਰ ਦਿੱਲੀ ਗਏ ਤੇ ਫੇਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਦੱਸਿਆ ਕਿ ਉਹਨਾਂ ਨੇ ਮੁਲਾਕਾਤ ਦੌਰਾਨ ਕੇਂਦਰੀ ਮੰਤਰੀ ਤੋਂ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਦੀ ਮੰਗ ਦਾ ਪ੍ਰਗਟਾਵਾ ਕੀਤਾ ਕਿ ਇਹ ਰੱਦ ਕੀਤੇ ਜਾਣ ਲਖੀਂਪੁਰ ਖੀਰੀ ਦੀ ਘਟਨਾ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਹਨਾਂ ਦੱਸਿਆ ਕਿ ਮੈਂ ਉਹਨਾਂ ਕੋਲ ਇਹ ਵੀ ਆਖਿਆ ਕਿ ਇਸ ਤਾਂ ਦੀ ਜਿਹੜੀ ਵੈਸ਼ੀ ਹਰਕਤਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ ਇਹਦੇ ਤੋਂ ਇਲਾਵਾ ਕਿਹਦੇ ਮੈਂ ਇਹ ਵੀ ਮੰਗ ਕੀਤੀ ਕਿ ਜਿਹੜੇ ਸਬੰਧਤ ਲੋਕ ਨੇ ਉਹਨਾਂ ਦੀ ਗ੍ਰਿਫਤਾਰੀ ਹੋਵੇ ਤੇ ਜਿਹੜੇ ਆਗੂਆਂ ਦੀ ਗ੍ਰਿਫਤਾਰੀ ਕੀਤੀ ਆ ਉਹਦੀ ਮੈਂ ਉਹਨਾਂ ਕੋਲ ਨੇ ਦਇਆ ਕੀਤੀ ਐ ਤੇ ਨਾਲ ਇਹ ਵੀ ਆਖਿਆ ਕਿ ਉਹ ਉੱਥੇ ਕੋਈ ਡਾਕਾ ਥੜੀ ਮਾਰਨ ਜਾ ਰਹੇ ਸੀ ਉਹ ਤਾਂ ਪੀੜਤ ਪਰਿਵਾਰਾਂ ਨੂੰ ਮਿਲਣ ਜਾ ਰਹੇ ਸੀ ਹਮਦਰਦੀ ਕਰਨ ਜਾ ਰਹੇ ਸੀ ਇਹਦੇ ਨਾਲ ਉਹ ਕਹਿੰਦੇ ਮੈਂ ਉਹਨਾਂ ਨੂੰ ਦੱਸਿਆ ਕਿ ਸਰਹੱਦ ਪਾਰੋਂ ਪਾਕਿਸਤਾਨ ਤੋਂ ਪੰਜਾਬ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੇ ਜਿਹੜੇ ਹਾਲਾਤ ਨੇ ਉਹਨਾਂ ਦੇ ਬਾਬਤ ਗੱਲਬਾਤ ਕੀਤੀ ਮੀਟਿੰਗ ਤੋਂ ਤੁਰੰਤ ਬਾਅਦ ਜਦੋਂ ਬਾਹਰ ਨਿਕਲੇ ਤੇ ਪੱਤਰਕਾਰਾਂ ਦੇ ਨਾਲ ਚਰਨਦੀਪ ਸਿੰਘ ਚੰਨੀ ਹੋਰਾਂ ਨੇ ਗੱਲਬਾਤ ਕੀਤੀ ਉਹ ਕਹਿੰਦੇ ਸਾਡੀ ਮੀਟਿੰਗ ਬੜੇ ਚੰਗੇ ਮਾਹੌਲ ਦੇ ਵਿੱਚ ਹੋਈ ਹੈ ਵਿਚਾਰ ਵਟਾਂਦਰਾ ਸਕਾਰਾਤਮਕ ਰਿਹਾ ਹੈ ਚੰਗੇ ਨਤੀਜਿਆਂ ਦੀ ਉਮੀਦ ਕੀਤੀ ਜਾ ਸਕਦੀ ਹੈ ਉਹਨਾਂ ਇਹ ਵੀ ਦੱਸਿਆ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਰਹੱਦ ਪਾਰ ਤੋਂ ਨਸ਼ਿਆਂ ਤੇ ਹਥਿਆਰਾਂ ਦੀ ਗੈਰਕਾਨੂੰਨੀ ਤਸਕਰੀ ਰੋਕਣ ਲਈ ਨਿੱਜੀ ਦਖਲ ਅੰਦਾਜ਼ੀ ਦੀ ਮੰਗ ਕੀਤੀ ਹੈ ਤੇ ਨਾਲ ਹੀ ਜਿਹੜੀ ਨਸ਼ਿਆਂ ਦੀ ਸਪਲਾਈ ਚੇਨ ਆ ਉਹਨੂੰ ਤੋੜਨ ਦੀ ਉਹਨਾਂ ਕੋਲੋਂ ਮੰਗ ਕੀਤੀ ਹੈ ਕਿ ਉਹਦੇ ਬਾਬਤ ਚੰਗੇ ਕਦਮ ਪੁਖਤਾ ਕਦਮ ਚੁੱਕੇ ਜਾਣ ਤੇ ਨਾਲ ਕਰਤਾਰਪੁਰ ਸਾਹਿਬ ਜਿਹੜਾ ਲੰਘ ਹੈ ਜਿਹੜਾ ਲੰਬੇ ਸਮੇਂ ਤੋਂ ਬੰਦ ਪਿਆ ਉਹਨੂੰ ਖੋਲਣ ਦੀ ਮੰਗ ਕੀਤੀ ਐ। ਤੋਂ ਨਾਲ ਇਹ ਵੀ ਦੱਸਿਆ ਕਿ ਅਮਿਤ ਸ਼ਾਹ ਉਹਨਾਂ ਨੇ ਆਖਿਆ ਕਿ ਇਹਦੇ ਬਾਬਤ ਕੋਈ ਛੇਤੀ ਫੈਸਲਾ ਲਿਆ ਜਾ ਸਕਦਾ ਹੈ ਤਾਂ ਕਿ ਜਿਹੜੇ ਸ਼ਰਧਾਲੂ ਨੇ ਪਵਿੱਤਰ ਸਥਾਨ ਦੇ ਉੱਤੇ ਜਾ ਕੇ ਮੱਥਾ ਟੇਕ ਸਕਣ। ਹੁਣ ਵੇਖੋ ਕਿ ਵਿਚਾਰ ਵਟਾਂਦਰਾ ਹੋ ਗਿਆ। ਕੀ ਮੁੜ ਕੇ ਦੁਬਾਰਾ ਲਾਂਘਾ ਖੁੱਲਦਾ ਹੈ? ਅਹੁਦਾ ਸੰਭਾਲਣ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਹੈ ਕਿ ਚਰਨਜੀਤ ਸਿੰਘ ਚੰਨੀ ਹੁਰਾ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲਾ ਪ੍ਰਧਾਨ ਮੰਤਰੀ ਨਰਿੰਦਰ ਦਮੋਦਰਦਾਸ ਮੋਦੀ ਹਰ ਨਾਲ ਮੁਲਾਕਾਤ ਕੀਤੀ ਸੀ ਅਤੇ ਆ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਕੁਝ ਅਹਿਮ ਮੁੱਦਿਆਂ ਤੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕੀਤਾ ਹੈ ਸੋ ਦੋਸਤੋ ਇਹ ਸੀ ਅੱਜ ਦਾ ਆਪਣਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਸੱਚਮੁੱਚ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣਾ ਤੇ ਜੇਕਰ ਹਾਲੇ ਤੱਕ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜਰੂਰ ਔਨ ਕਰ ਲੈਣੀ ਤੁਹਾਡੇ ਦਿਲੋਂ ਧੰਨਵਾਦੀ ਹੋਵਾਂਗੇ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲੋਂ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇਰਾ ਬਰਾਖਾ